ਇਹ ਤਿੰਨੇ ਗੱਲਾਂ ਨੂੰ ਸਮਝਣਾ ਪੈਣਾ। ਸਿੱਖੀ ਗਈ ਮਤਲਬ ਸਿੱਖਿਆ ਗਈ, ਸਿੱਖਿਆ ਗਈ ਮਤਲਬ ਸਿੱਖੀ ਗਈ। ਹੁਣ ਇੱਕ ਗੱਲ ਕਹਿ, ਵੇਖੋ ਲੱਗਣਾ ਤੇ ਦੁੱਖ ਹੈ, ਪਹਿਲੇ ਨੰਬਰ ਤੇ ਇਹ ਗੱਲ ਚੇਤੇ ਨਾਲ ਸੁਣ ਲਓ, ਧਿਆਨ ਨਾਲ ਸੁਣ ਲਿਓ। ਸਿੱਖਿਆ ਦੇ ਨਾਲ ਸਿੱਖੀ ਲਾਓ, ਜਿਵੇਂ ਗਿਆਨ ਨਾਲ ਲਾਓ ਗੁਰੂ। ਜਰੀਆ ਗ੍ਰੰਥ ਹੈ, ਗਿਆਨ ਗੁਰੂ ਹੈ। ਜਰੀਆ ਫੋਨ ਵੀ ਹੋ ਸਕਦਾ ਹੈ, ਪਰ ਗਿਆਨ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਹੁਣ ਛੋਟਾ ਜਿਹਾ ਫੋਨ ਹੈ, ਫੋਨ ਦੇ ਵਿੱਚ ਘੱਟ ਤੋਂ ਘੱਟ 6-7 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵ ਐਪ ਬਣੀਆਂ ਹੋਈਆਂ। ਐਪ ਪੂਰਾ ਪਾਠ ਸਹਿਜ ਪਾਠ ਕਰ ਸਕਦੇ ਹੋ, ਸ਼ਬਦ ਪੋਥੀ ਤੋਂ ਪੜ੍ਹ ਲਿਆ, ਫੋਨ ਤੋਂ ਪੜ੍ਹ ਲਿਆ, ਗਿਆਨ ਨੇ ਕੰਮ ਓਨਾ ਹੀ ਕਰਨਾ। ਧਿਆਨ ਨਾਲ ਸੁਣ, ਗਿਆਨ ਨਾਲ ਗੁਰੂ ਲੱਗਦਾ ਹੈ। ਜਰੀਆ ਗ੍ਰੰਥ, ਜਰੀਆ ਫੋਨ, ਜਰੀਆ ਇੰਟਰਨੈਟ, ਜਰੀਆ ਦੇਹ ਵੀ ਹੋ ਸਕਦਾ, ਜਰੀਆ। ਪਰ ਗੁਰੂ ਕੌਣ ਹੈ? ਗਿਆਨ। ਜਰੀਏ ਨੂੰ ਪੂਜਣਾ ਕਿ ਗਿਆਨ ਨੂੰ ਪੂਜਣਾ? ਜਵਾਬ ਦਿਓ, ਪੂਜਣਾ ਨਹੀਂ ਸਮਝਣਾ। ਗਿਆਨ ਪੂਜਣ ਦਾ ਵਿਸ਼ਾ ਨਹੀਂ ਹੁੰਦਾ, ਗਿਆਨ ਸਮਝਣ ਦਾ ਵਿਸ਼ਾ ਹੁੰਦਾ। ਇਹ ਚੇਤਾ ਰੱਖਿਓ, ਅਗਲਾ ਪੁਆਇੰਟ ਸਮਝਿਓ। ਜਿਵੇਂ ਗਿਆਨ ਨਾਲ ਗੁਰੂ ਲੱਗਦਾ ਹੈ, ਇਸੇ ਤਰ੍ਹਾਂ ਅਕਲ ਨਾਲ, ਸਿੱਖਿਆ ਨਾਲ ਸਿੱਖ ਲੱਗਦਾ ਹੈ। ਸਿੱਖੀ ਦਾ ਮਤਲਬ ਸਿੱਖਿਆ, ਤੇ ਸਿੱਖ ਦਾ ਮਤਲਬ ਸਿੱਖਣ ਵਾਲਾ। ਤੇ ਜੇ ਤੁਸੀਂ ਕੇਸਾਂ ਨਾਲ ਸਿੱਖ ਲਾ ਦਿਓਗੇ, ਸਿੱਖੀ ਸਿੱਖੀ ਮਤਲਬ ਕੇਸ, ਫਿਰ ਸਾਡੇ ਬੰਦਿਆਂ ਨੇ ਕੀ ਕੀਤਾ? ਐਡੀਆਂ ਐਡੀਆਂ ਦਾੜੀਆਂ ਛੱਡ ਲਈਆਂ, ਵੱਡੀਆਂ ਵੱਡੀਆਂ ਪੱਗਾਂ ਬੰਨ ਲਈਆਂ, ਪਰ ਸਿੱਖੀ ਦਾ ਬੇੜਾ ਗਰਕ ਕਰਤਾ। ਸਤਨਾ, ਸਿੱਖੀ ਲੱਗਦੀ ਹੈ ਸਿੱਖਿਆ ਨਾਲ। ਧਿਆਨ ਨਾਲ ਸੁਣਿਓ, ਵੇਖੋ ਸਾਡਾ ਕੌਮ ਦਾ ਕੰਸੈਪਟ ਹੈ, ਅਸੀਂ ਦਾੜੀ ਕੇਸ ਰੱਖਦੇ ਹਾਂ ਤੇ ਰੱਖਾਂਗੇ, ਪੱਗ ਬੰਨਦੇ ਹਾਂ ਤੇ ਪੱਗ, ਬੋਲੋ ਜੀ, ਬੰਨਾਂਗੇ, ਕੇਸ ਰੱਖਦੇ ਹਾਂ, ਇਹ ਠੀਕ ਹੈ ਨਾ? ਪਰ ਜੇ ਤੁਸੀਂ ਕਹੋ ਵੀ ਆਹੀ ਸਿੱਖੀ ਹੈ, ਵੀ ਕੇਸ ਗਏ ਤੇ ਸਿੱਖੀ ਗਈ, ਕੇਸ ਆਏ ਤੇ ਸਿੱਖੀ ਆਈ, ਸੁਣੋ, ਕੇਸ ਗਏ ਤੇ ਸਿੱਖੀ ਗਈ, ਕੇਸ ਆਏ ਤੇ ਸਿੱਖੀ ਆਈ। ਫਿਰ ਕਈਆਂ ਨੇ ਕੀ ਕੀਤਾ? ਕਹਿੰਦੇ ਅੱਛਾ, ਕੇਸ ਆਏ ਤੇ ਸਿੱਖੀ ਆਈ, ਉਹਨਾਂ ਨੇ ਕੇਸ ਰੱਖ ਲਏ, ਦਾੜੀਆਂ ਰੱਖ ਲਈਆਂ, ਪੱਗਾਂ ਬੰਨ ਲਈਆਂ, ਤੇ ਸਿੱਖਾਂ ਦੀਆਂ ਗੋਲਕਾਂ ਲੁੱਟ ਕੇ ਖਾ ਗਏ। ਆਖੋ ਸਤਨਾਮ, ਉਹਨਾਂ ਦੇ ਕੰਮ ਬਹੁਤ ਲੋਟ ਆਇਆ। ਆਇਆ ਕਿ ਨਹੀਂ ਆਇਆ? ਦਿਓ ਜਵਾਬ, ਕੰਮ ਬਹੁਤ ਲੋਟ ਆਇਆ ਉਹਨਾਂ ਦੇ, ਵਿਆਹ ਤਾਂ ਨਜ਼ਾਰਾ ਹੀ ਬਣ ਗਿਆ। ਜੇ ਇੰਨੇ ਨਾਲ ਹੀ ਸਿੱਖੀ ਆਈ ਤੇ ਆ ਗਈ, ਬਸ ਲਓ ਜੀ, ਇਹ ਕਿਹੜਾ ਔਖਾ, ਕਰ ਲੈਂਦੇ ਹਾਂ ਐਂ, ਸਾਡੇ ਨਾਲੋਂ ਵਧੀਆ ਦਾੜੇ ਅਗਲਿਆਂ ਦੇ, ਸਾਡੇ ਨਾਲੋਂ ਵਧੀਆ ਪੱਗਾਂ ਬੰਨਦੇ ਤੇ ਲੁੱਟ ਕੇ ਖਾ ਕੇ ਗੋਲ ਕਰਨ। ਤੇ ਜਿੱਦੇ ਤੁਸੀਂ ਸਿੱਖੀ ਦੇ ਨਾਲ, ਸਿੱਖੀ ਕੀ ਹੈ? ਇਹ ਕੌਮ ਦਾ ਕੰਸੈਪਟ, ਪਰ ਸਿੱਖੀ ਦਾ ਅਰਥ ਹੈ ਸਿੱਖਿਆ। ਸਿੱਖੀ ਦਾ ਅਰਥ ਦਾੜੀ ਕੇਸ ਨਹੀਂ, ਸਿੱਖੀ ਦਾ ਅਰਥ ਹੈ ਸਿੱਖਿਆ। ਉਹਦੇ ਫਿਰ ਸਾਰਾ ਕੁਝ ਬਦਲੂ ਕਿ ਨਹੀਂ ਬਦਲੂ, ਉਹਦੇ ਗੱਲ ਸਮਝੋ। ਜੇ ਤੁਸੀਂ ਦਾੜੀ ਕੇਸ ਨਾਲ ਸਿੱਖੀ ਲਾਉਂਦੇ ਹੋ, ਬਸ ਫਿਰ ਕਈ ਬੰਦਿਆਂ ਦੀ ਮਜਬੂਰੀ ਹੋ ਗਈ, ਦਾੜੀ ਕੇਸ ਹੋ ਸਕਦਾ ਕਟਾਣੀ ਮਜਬੂਰੀ ਹੋਵੇ, ਉਹਨਾਂ ਬੰਦਿਆਂ ਨੂੰ ਤੇ ਪਿੱਛੇ ਹੀ ਹਟ ਗਏ ਵੀ ਇੱਥੇ ਤੇ ਭਾਈ ਸਿੱਖੀ ਦਾ ਤੇ ਅਰਥ ਹੀ ਦਾੜੀ ਕੇਸ ਹੈ। ਫਿਰ ਉਹ ਦਾੜੀਆਂ ਜਿੰਨੀਆਂ ਵੱਡੀਆਂ ਦਾੜੀਆਂ ਉੱਡੀ ਵੱਡੀ ਸਿੱਖੀ, ਜਿੱਡਾ ਦਾੜਾ ਵੱਡਾ ਉੱਡਾ ਸਿੱਖ ਵੱਡਾ, ਇਹੀ ਕੁਛ ਰਹਿ ਗਿਆ। ਫਿਰ ਮੈਂ ਫਿਰ ਬੇਨਤੀ ਦੁਬਾਰਾ ਕਰਦਾ, ਪੱਗਾਂ ਬੰਨਦੇ ਹਾਂ, ਪੱਗਾਂ ਬਣਾਉਂਦੇ ਹਾਂ, ਦਾੜੀਆਂ ਰੱਖੀਆਂ ਨੇ, ਦਾੜੀਆਂ ਰਖਾਉਂਦੇ ਹਾਂ। ਕੌਮ ਦਾ ਕੰਸੈਪਟ ਹੈ ਸਾਡੀ, ਦਾ ਟੀਮ ਦੀ ਵਰਦੀ ਹੈ ਸਾਡੀ, ਇਹ ਟੀਮ ਦੀ ਵਰਦੀ ਹੈ, ਪਰ ਧਰਮ ਨਾਲ ਇਹਦਾ ਲੈਣਾ ਦੇਣਾ ਕੋਈ ਨਹੀਂ। ਸਿੱਖੀ ਦਾ ਮਤਲਬ ਸਿੱਖਿਆ, ਅਕਲ ਹੈ, ਸਮਝ ਹੈ, ਇਹ ਇਹ ਨਾ ਸਿੱਖੀ ਲਾਓ ਦਾੜੀ ਕੇਸਾਂ ਨਾਲ ਨਹੀਂ। ਸਿੱਖੀ ਕਾਹਦੇ ਨਾਲ ਲਾਈਏ? ਸਿੱਖਿਆ ਨਾਲ। ਤੇ ਗਿਆਨ ਗੁਰੂ ਕਿਹਦੇ ਨਾਲ ਲੱਗਦਾ? ਗਿਆਨ ਜਰੀਏ ਨਾਲ ਨਹੀਂ, ਗਿਆਨ ਨਾਲ ਗੁਰੂ ਲੱਗਦਾ। ਇੱਥੇ ਟਪਲਾ ਖਾ ਜਾਂਦਾ ਬੰਦਾ, ਇੱਥੇ ਭੁਲੇਖਾ ਖਾ ਜਾਂਦਾ। ਇੱਕ ਚੀਜ਼ ਤੁਹਾਡੀ ਸਿੱਧੀ ਹੈ ਨਾ, ਸਾਰਾ ਕੁਛ ਸਿੱਧਾ ਸਮਝ ਆਵੇ। ਹਰ ਚੀਜ਼ ਪਵਿੱਤਰ ਤਾਂ ਹੈ ਜੇ ਸੁਰਤ ਮਤ ਪਵਿੱਤਰ ਹੋ। ਹਰ ਚੀਜ਼ ਨੂੰ ਸਾਡੀ ਨੂੰ ਰਮਾਲੇ ਤਾਂ ਮਹਾਨ ਨੇ ਜੇ ਅਸੀਂ ਗਿਆਨ ਲਈਏ। ਮੰਜੀ ਸਾਹਿਬ, ਚੌਰ ਸਾਹਿਬ, ਜੋ ਮਰਜ਼ੀ ਸਾਹਿਬ ਸਾਹਿਬ ਕਰੋ ਤੁਸੀਂ,
ਤਾਂ ਜਦੋਂ ਤੁਹਾਡੀ ਜ਼ਿੰਦਗੀ 'ਚ ਸਮਝ ਆਵੇ ਪ੍ਰਸ਼ਾਦ ਇੱਥੇ ਪ੍ਰਸ਼ਾਦ ਕਿਨਕਾ ਡਿੱਗ ਨਾ ਪਵੇ ਇਹ ਨਾ ਉਹਨਾਂ ਗੱਲਾਂ 'ਤੇ ਇੰਨਾ ਪ੍ਰੈਸ਼ਰ ਹੈ ਵੀ ਵੇਖਿਓ ਕਿਤੇ ਪ੍ਰਸ਼ਾਦ ਤੇ ਲਿਆ ਹੀ ਨਹੀਂ ਕਿਨਕਾ ਤੇ ਮਿਲਿਆ ਹੀ ਨਹੀਂ ਪਹੁੰਚ ਜੇ ਬਸ ਤੇ ਕਈ ਪ੍ਰਸ਼ਾਦ ਲੈਣ ਤੱਕ ਹੀ ਖੜੇ ਆ ਗੁਰਦੁਆਰੇ ਗਏ ਲੈਣ 'ਚ ਲੱਗੇ ਪ੍ਰਸ਼ਾਦ ਮਿਲ ਗਿਆ ਕਹਿੰਦੇ ਬਖਸ਼ਿਸ਼ ਮਿਲ ਗਈ ਬਖਸ਼ਿਸ਼ ਪ੍ਰਸ਼ਾਦ ਨਹੀਂ ਬਖਸ਼ਿਸ਼ ਹੈ ਗੁਰੂ ਦਾ ਗਿਆਨ ਸਮਝ ਤੇ ਹਰੇਕ ਚੀਜ਼ ਨੂੰ ਇੰਨਾ ਵੱਡਾ ਕੀਤਾ ਸਾਡੇ ਸਿੱਖਾਂ 'ਚ ਵੱਡਾ ਇੱਡਾ ਕਰਤਾ ਫਿਰ ਅਗਲਾ ਕਹਿੰਦਾ ਕੇਸ ਰੱਖ ਲੈ ਸਮਝ ਲਓ ਸਿੱਖੀ ਆ ਗਈ ਦਾੜੀ ਰੱਖ ਲਈ ਸਿੱਖੀ ਆ ਗਈ ਪ੍ਰਸ਼ਾਦ ਮਿਲ ਗਿਆ ਮਤਲਬ ਸਭ ਕੁਝ ਮਿਲ ਗਿਆ ਨਹੀਂ ਭਾਈ ਪ੍ਰਸ਼ਾਦ ਤੇਰੇ ਦਾ ਤਾਂ ਹੀ ਅਰਥ ਬਣਨਾ ਜੇ ਤੇਰੇ ਕੋਲ ਅਕਲ ਹੋਈ ਸਮਝ ਹੋਈ ਗਿਆਨ ਹੋਇਆ ਸਾਰੀਆਂ ਗੱਲਾਂ ਸਮਝ ਚ ਆਉਂਦੀਆਂ ਨਾ ਇੱਦਾਂ ਸਮਝਣਾ ਪੈਣਾ ਜੇ ਤੁਸੀਂ ਸਿੱਖੀ ਇਹਦੇ ਨਾਲ ਹੀ ਲਾ ਕੇ ਰੱਖਣੀ ਹੈ ਤੇ ਲਾਈ ਰੱਖੋ ਲਾਈ ਰੱਖੋ ਸਿੱਖੀ ਕੇਸਾਂ ਕੇਸਾਂ ਤੇ ਦਾੜੀ ਨਾਲ ਹੀ ਲਾਈ ਰੱਖੋ ਸਿੱਖੀ ਫਿਰ ਤੇ ਅਗਲਿਆਂ ਨੇ ਵੱਡੀਆਂ ਵੱਡੀਆਂ ਦਾੜੀਆਂ ਵਧਾ ਕੇ ਲੁੱਟ ਕੇ ਖਾ ਜਾਣਗੇ ਖਾ ਗਏ ਹੈ ਤੇ ਗਾਂ ਵੀ ਖਾਂਦੇ ਰਹਿਣਗੇ ਤੁਹਾਨੂੰ ਸਿੱਖੀ ਸਿੱਖਿਆ ਨਾਲ ਲਾਉਣਾ ਗਿਆਨ ਤੁਹਾਨੂੰ ਗੁਰੂ ਨਾਲ ਹੀ ਲਾਉਣਾ ਪੈਣਾ ਗਿਆਨ ਗੁਰੂ ਮਤਲਬ ਗਿਆਨ ਸਮਝ ਆਏਗੀ ਹੌਲੀ ਹੌਲੀ ਆਏਗੀ